ਤੁਸੀਂ ਅਕਾਲ ਤਖਤ ਸਾਹਿਬ ਤੋਂ ਉੱਪਰ ਹੋਗੇ ਉਹਨਾਂ ਦੇ ਆਦੇਸ਼ ਜਿਹੜੇ ਉਹਨਾਂ ਦੇ ਹੁਕਮਨਾਮੇ ਨੇ ਆਦੇਸ਼ ਨੇ ਆਰਡਰਸ ਨੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ ਤੁਹਾਡੇ ਆਪਣੇ ਇੰਸਟੀਟਿਊਸ਼ਨ ਹੋ ਕੇ ਆਪਣੇ ਬੱਚੇ ਦੀ ਗੱਲ ਨਹੀਂ ਸੁਣ ਰਹੇ ਬਾਕੀ ਦੀ ਗੱਲਾਂ ਸਿਰ ਤੁਸੀਂ ਹੱਲਾ ਹੀ ਕੱਢਦੇ ਹੋ ਸਿਰ ਬਾਜ਼ਾਰੀ ਬੈਠ ਕੇ ਕੈਨ ਔਰ ਕੈਨੀ ਔਰ ਕਥਨੀ ਬੜਾ ਫਰਕ ਹੈ ਸਰਸਾ ਸਾਹਿਬ ਦੀ ਫਾਤਿਹਾ ਜੀ ਦੀ ਉਹਨਾਂ ਦਾ ਬੇਟਾ ਮੈਨੂੰ ਪਤਾ ਚੱਲਿਆ ਕਿ ਉੱਥੋਂ 8 ਲੱਖ ਦਾ ਮਹੀਨਾ ਲੈ ਰਿਹਾ ਬੰਗਲਾ ਸਾਹਿਬ ਤੋਂ ਯਾਨੀ ਕਿ 1 ਕਰੋੜ ਰੁਪਏ ਹੋ ਗਿਆ ਸਾਲ ਦਾ ਲਗਭਗ ਤਾਂ ਤੁਸੀਂ ਉਹਨੂੰ ਚੇਅਰਮੈਨ ਕਿਉਂ ਬਣਾ ਰਹੇ ਹੋ ਚੇਅਰਮੈਨ ਹੋਣਾ ਹੀ ਨਹੀਂ ਚਾਹੀਦਾ ਉਹਨਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇਖੋ ਵੀਰ ਜੀ ਮੈਂ ਤਾਂ ਇਸ ਦੇ ਅੰਦਰ ਐਵੇਂ ਦੇਖਦਾ ਕਿ ਇਹ ਕਹਿੰਦੇ ਨੇ ਕਿ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਪਰ ਕਹਿੰਦੇ ਨੇ ਮੰਨਦੇ ਨਹੀਂ ਨੇ ਅਗਰ ਕੋਈ ਸਾਨੂੰ ਹੁਕਮਨਾਮਾ ਆਦੇਸ਼ ਸਾਡੇ ਜਿਹੜੇ ਸਿਰਮੌਰ ਨੇ 5 ਤਖਤਾਂ ਦੇ ਜਿਹੜੇ ਜਥੇਦਾਰ ਨੇ ਉਹਨਾਂ ਨੇ ਸਾਈਨ ਕੀਤਾ 2004 ਦੇ ਅੰਦਰ ਮਨਮਤ ਕੀਤੀ ਹੋਈ ਹੈ ਇੱਕ ਚੀਜ਼ ਨੂੰ ਆਦੇਸ਼ ਦਿੱਤਾ ਹੋਇਆ ਉਹਨਾਂ ਨੇ ਬੈਨ ਕੀਤਾ ਤਾਂ ਉਹਨਾਂ ਨੂੰ ਨਹੀਂ ਬੁਲਾਉਣਾ ਚਾਹੀਦਾ ਸੀ ਹੋਰ ਵੀ ਤਾਂ ਕਈ ਸ਼ਖਸ ਹੋਣਗੇ ਅਸੀਂ ਤਾਂ ਕਦੀ ਜਿਵੇਂ ਮੋਦੀ ਜੀ ਆਏ ਸੀ ਮਨਾ ਨਹੀਂ ਕੀਤਾ ਅਸੀਂ ਅਮਿਤ ਸ਼ਾਹ ਜੀ ਆਏ ਮਨਾ ਨਹੀਂ ਕੀਤਾ ਤੁਹਾਨੂੰ ਪਰ ਜਿਹੜੀ ਚੀਜ਼ ਬੈਨ ਹੈ ਤੁਸੀਂ ਉਹਨੂੰ ਕਿਉਂ ਲੈ ਕਰ ਆ ਰਹੇ ਹੋ ਤੁਸੀਂ ਇਹਦਾ ਮਤਲਬ ਕੀ ਦਿਖਾਉਣਾ ਚਾਹੁੰਦੇ ਕਿ ਤੁਸੀਂ ਅਕਾਲ ਤਖਤ ਸਾਹਿਬ ਤੋਂ ਉੱਪਰ ਹੋਗੇ ਉਹਨਾਂ ਦੇ ਆਦੇਸ਼ ਜਿਹੜੇ ਉਹਨਾਂ ਦੇ ਹੁਕਮਨਾਮੇ ਨੇ ਆਦੇਸ਼ ਨੇ ਆਰਡਰਸ ਨੇ ਉਹਨਾਂ ਦੀ ਕੋਈ ਵੈਲਿਊ ਨਹੀਂ ਹੈ ਅਗਰ ਵੈਲਿਊ ਹੁੰਦੀ ਤਾਂ ਤੁਸੀਂ ਇਸ ਚੀਜ਼ ਨੂੰ ਬਿਲਕੁਲ ਨਾ ਬੁਲਾਉਂਦੇ ਉਹ ਫਿਰ ਤੁਹਾਨੂੰ ਜੇ ਬੱਚੇ ਮਨਾ ਕਰ ਰਹੇ ਸੀ ਤੁਸੀਂ ਕੀਤਾ ਕਿ ਉਹਨਾਂ ਨੂੰ ਉਲਟੇ ਰਸਤੇ ਚਲਾ ਦਿੱਤਾ ਤੁਸੀਂ ਉਹਨਾਂ ਦੀ ਇਸ ਗੱਲ ਨਹੀਂ ਸੁਣੀ ਤੁਹਾਡੇ ਆਪਣੇ ਇੰਸਟੀਟਿਊਸ਼ਨ ਹੋ ਕਰਕੇ ਆਪਣੇ ਬੱਚੇ ਦੀ ਗੱਲ ਨਹੀਂ ਸੁਣ ਰਹੇ ਬਾਕੀ ਦੀ ਗੱਲਾਂ ਸਿਰ ਤੁਸੀਂ ਹੱਲਾ ਹੀ ਕੱਢਦੇ ਹੋ ਸਿਰ ਬਾਜ਼ਾਰੀ ਬੈਠ ਕੇ ਰੋਡਾਂ 'ਚ ਬੈਠ ਕੇ ਜੀ ਅਸੀਂ ਹੈ ਜੀ ਅਸੀਂ ਉਹ ਕਰ ਦਾਂਗੇ ਕਹਿਣ ਔਰ ਕਹਿਣੀ ਔਰ ਕਥਨੀ 'ਚ ਬੜਾ ਫਰਕ ਹੈ ਸਿਰਸਾ ਸਾਹਿਬ ਦੀ ਕਾਲਕਾ ਜੀ ਦੀ ਮੈਂ ਤਾਂ ਕਹਿੰਦਾ ਇਹਨਾਂ ਦੀ ਟੀਮ ਵਿੱਚ ਹੀ ਬੜੇ ਅੱਛੇ ਅੱਛੇ ਬੰਦੇ ਬੈਠੇ ਨੇ ਜਿਵੇਂ ਡਾਕਟਰ ਜਸਪਾਲ ਸਿੰਘ ਜੀ ਨੇ ਇਹਨਾਂ ਦੀ ਤਰਫੋਂ ਹੀ ਨੇ ਨਾ ਉਹਨਾਂ ਨੂੰ ਬੁਲਾਉਂਦੇ ਕੋਈ ਇਤਰਾਜ਼ ਨਹੀਂ ਸਾਨੂੰ ਉਡੇਕੇ ਜੀ ਨੇ ਇਹਨਾਂ ਦੀ ਤਰਫੋਂ ਨੇ ਉਹਨਾਂ ਨੂੰ ਬੁਲਾਉਂਦੇ ਔਰ ਬੜੇ ਸਾਰੇ ਬੰਦੇ ਨੇ ਕਈ ਸਾਡੇ ਪੰਥ ਦੇ ਅੱਛੇ ਗਿਆਨੀ ਨੇ ਪਿੰਦਰਪਾਲ ਸਿੰਘ ਜੀ ਨੇ ਉਹਨਾਂ ਨੂੰ ਬੁਲਾਉਂਦੇ ਬੱਚਿਆਂ ਨੂੰ ਗਿਆਨ ਦਿਲਾਉਂਦੇ ਸਟੇਜ 'ਤੇ ਕੀਰਤਨ ਦਰਬਾਰ ਕਰਾਉਂਦੇ ਔਰ ਕਰਨਾ ਤਾਂ ਇਹ ਚਾਹੀਦਾ ਸੀ ਕੀਰਤਨ ਹੁੰਦਾ 400 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਦਾ ਕਾਲਜ ਹੈ ਬੱਚਿਆਂ ਨੂੰ ਕੀਰਤਨ ਨਾਲ ਜੁੜਦੇ ਬਾਣੀ ਔਰ ਬਾਣੇ ਨਾਲ ਜੁੜਦੇ ਬੱਚਿਆਂ ਨੂੰ ਕਹਿੰਦੇ ਆਓ ਬੱਚੋ ਤੁਹਾਨੂੰ ਅਸੀਂ ਅੰਮ੍ਰਿਤ ਦੀ ਤਰਫ ਲੈ ਕੇ ਚੱਲੀਏ ਅੰਮ੍ਰਿਤ ਦੀ ਦਾਤ ਦੀ ਤਰਫ ਲੈ ਕੇ ਚੱਲਦੇ ਸਕੂਲ ਦੇ ਬੱਚੇ ਕਾਲਜ ਦੇ ਬੱਚੇ ਸਭ ਨੂੰ ਸਿਖਾਉਂਦੇ ਹਾਂ ਨਾ ਅਸੀਂ ਸਕੂਲਾਂ ਦੇ ਅੰਦਰ ਬੱਚਿਆਂ ਨੂੰ ਕਰਦੇ ਨਾ ਪ੍ਰੇਰਿਤ ਆਪਣੇ ਕਾਲਜ ਦੇ ਬੱਚਿਆਂ ਨੂੰ ਪ੍ਰੇਰਿਤ ਕਰਦੇ ਉਸ ਤਰਫ ਲੈ ਕੇ ਜਾਂਦੇ ਕੀਤਾ ਕੀ ਇਹਨਾਂ ਨੇ ਦੂਜੀ ਤਰਫ ਚੱਲੇ ਔਰ ਜਿਹੜਾ ਕੰਮ ਉਹਨਾਂ ਨੇ ਕਰਨਾ ਸੀ ਇਹਨਾਂ ਦੇ ਸੈਕਟਰੀ ਨੇ ਉਹ ਕੰਮ ਸਿਰਸਾ ਅਤੇ ਕਾਲਕਾ ਜੀ ਨੇ ਕਰ ਦਿੱਤਾ ਸਾਰਾ ਬੋਲ ਬੋਲ ਕੇ ਔਰ ਮੈਂ ਤਾਂ ਹੈਰਾਨੀ ਹੁੰਦੀ ਹੈ ਸਾਡੇ ਬਜ਼ੁਰਗ ਨੇ MP ਸਾਹਿਬ ਤਰੋਚਨ ਸਿੰਘ ਜੀ ਤੁਸੀਂ ਐਸੇ ਬੰਦੇ ਨੂੰ ਚਿਹਰੇ ਬਣਾਇਆ ਇੱਕ ਐਲੋ ਵੀ ਕਹਿੰਦਾ ਕਿ ਜਿਹੜੇ ਬੱਚਾ ਜਿਹਦਾ ਕੋਈ ਰਿਲੇਟਿਵ ਕਿਸੇ ਪੋਸਟ 'ਤੇ ਬੈਠਾ ਉਹ ਬੰਦਾ ਕਦੀ ਚੇਅਰਮੈਨ ਹੋਣਾ ਨਹੀਂ ਚਾਹੀਦਾ ਉਹਨਾਂ ਦਾ ਬੇਟਾ ਮੈਨੂੰ ਪਤਾ ਚੱਲਿਆ ਕਿ ਉੱਥੋਂ 8 ਲੱਖ ਦਾ ਮਹੀਨਾ ਲੈ ਰਿਹਾ ਬੰਗਲਾ ਸਾਹਿਬ ਤੋਂ ਯਾਨੀ ਕਿ 1 ਕਰੋੜ ਰੁਪਏ ਹੋ ਗਿਆ ਸਾਲ ਦਾ ਲਗਭਗ ਤਾਂ ਤੁਸੀਂ ਉਹਨੂੰ ਚੇਅਰਮੈਨ ਕਿਉਂ ਬਣਾ ਰਹੇ ਹੋ ਚੇਅਰਮੈਨ ਹੋਣਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਖੁਦ ਹੀ ਛੱਡ ਦੇਣੀ ਚਾਹੀਦੀ ਹੈ ਜਾਂ ਤਾਂ ਤਨਖਾਹ ਲੈਣ ਜਾਂ ਚੇਅਰਮੈਨ ਨਹੀਂ ਕਰਨ ਸਾਡੇ ਜਿਹੜੀ ਪੋਸਟਾਂ ਨੇ ਨਾ ਸਰ ਉਹ ਇਸ ਵਾਸਤੇ ਨਹੀਂ ਬਣੀ ਹੋਈ ਕਿ ਆਪਣੇ ਬੰਦਿਆਂ ਨੂੰ ਫਾਇਦਾ ਦੇਣਾ ਆਪਣੇ ਬੰਦਿਆਂ ਨੂੰ ਆਪਣੇ ਘਰ ਦੇ ਬੰਦਿਆਂ ਨੂੰ ਫਾਇਦਾ ਦੇਣਾ ਇਹ ਤਾਂ ਤੁਸੀਂ ਆਪਣੇ ਘਰ ਦੀ ਪਰਿਵਾਰਵਾਦ ਚਲਾ ਦਿੱਤਾ ਅਸੀਂ ਮੈਂ ਅਪੀਲ ਕਰਨਾ ਚਾਹਾਂਗਾ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਕਿ ਇਹਦੇ ਖਿਲਾਫ ਸਖਤ ਤੋਂ ਸਖਤ ਐਕਸ਼ਨ ਲਿੱਤਾ ਜਾਏ ਅਗਰ ਤੁਹਾਡੇ ਅੱਜ ਇਹ ਆਦੇਸ਼ ਨਹੀਂ ਮੰਨਦੇ ਤਾਂ ਕੱਲ੍ਹ ਨੂੰ ਕੀ ਸੋਚਦੇ ਜਿਹੜੇ ਤੁਸੀਂ ਵੀ ਆਰਡਰ ਕਰਦੇ ਹੋ ਜਾਂ ਆਪਣੇ ਹੁਕਮਨਾਮੇ 5 ਪਿਆਰੇ ਜਾਂ 5 ਜਥੇਦਾਰ ਜਿਹੜੇ ਸਾਨੂੰ ਕਰਦੇ ਨੇ ਜਥੇਦਾਰ ਸਾਹਿਬ ਅਤੇ ਉਹ ਕਿਵੇਂ ਮੰਨਣਗੇ ਇੱਕ ਇੱਕ ਆਰਡਰ ਕਰਦੇ ਉਹ ਉਲੰਘਣਾ ਹੁੰਦੀ ਜਾਏਗੀ ਅਤੇ ਕਿੱਥੇ ਰੁਕਣਗੇ ਅਗਰ ਸਟ੍ਰਿਕਟ ਐਕਸ਼ਨ ਨਹੀਂ ਲੈਣਗੇ ਹਰ ਚੀਜ਼ ਦੇ ਖਿਲਾਫ ਤਾਂ ਵੱਧਦਾ ਜਾਏਗਾ ਕੰਮ ਹੈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।